ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਪਿਛਲਿਆਂ ਸਮਿਆਂ ਤੋਂ ਕੈਨੇਡਾ ਵਿਖੇ ਪਹੁੰਚੇ ਹੋਏ ਹਾਂ ਜੀ, ਅਤੇ ਤਕਰੀਬਨ 4-5 ਦਿਨ ਤੋਂ ਅੱਜ ਐਡਮਿੰਟਨ ਵਿਖੇ ਪਹੁੰਚੇ ਸੀ। ਇੱਥੇ ਦੀਵਾਨ ਕੀਰਤਨ ਸਮਾਗਮ ਗੁਰਦੁਆਰਾ ਰਾਮਗੜੀਆ ਵਿਖੇ ਚੱਲ ਰਹੇ ਸੀ, ਔਰ ਇਸ ਵੇਲੇ ਇੱਥੋਂ ਹੁਣ ਚੱਲਣ ਦੀ ਤਿਆਰੀ ਕੀਤੀ ਹੈ। ਅਤੇ ਉਹ ਕੈਲਗਿਰੀ ਵਾਲੇ ਸਿੰਘ ਲੈਣ ਵਾਸਤੇ ਵੀ ਆਏ ਨੇ, ਅਤੇ ਇਸ ਵੇਲੇ ਇੱਥੋਂ ਚੱਲ ਰਹੇ ਹਾਂ ਜੀ ਥੋੜ੍ਹੀ ਦੇਰ 'ਚ। ਅਤੇ ਨਾਲ ਨਾਲ ਆਪਾਂ ਅੱਜ ਦੀ ਬਲਵਾਕ ਦੀ ਸ਼ੁਰੂਆਤ ਕਰ ਰਹੇ ਹਾਂ, ਅਤੇ ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ, ਅੱਜ ਦਾ ਸਫ਼ਰ ਵੀ ਕਰਨਾ। ਤਕਰੀਬਨ ਇੱਥੋਂ 3-3.5 ਘੰਟੇ ਦਾ ਸਫ਼ਰ ਵੀ ਹੈ, ਅਤੇ ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ, ਨਾਲ ਨਾਲ ਗੱਲਬਾਤ ਕਰਦੇ ਰਹਾਂਗੇ। ਹੁਣ ਕਿਸੇ ਗੁਰਮੁਖ ਪਿਆਰਿਆਂ ਦੇ ਗ੍ਰਹਿ ਨਾਸ਼ਤੇ ਦੀ ਸੇਵਾ, ਉਸ ਤੋਂ ਬਾਅਦ ਫਿਰ ਚੱਲਾਂਗੇ, ਅਤੇ ਨਾਲ ਨਾਲ ਆਪਾਂ ਜੁੜੇ ਰਹਿਣਾ ਜੀ ਅਗਲੀ ਗੱਲਬਾਤ। ਸਾਧ ਸੰਗਤ, ਰਸਤੇ ਵਿੱਚ ਥੋੜ੍ਹਾ ਜਿਹਾ ਰਸਤਾ ਟ੍ਰੈਫਿਕ ਜਾਮ ਹੋ ਗਿਆ, ਕਿਉਂਕਿ ਗੱਡੀਆਂ ਕਾਫੀ ਐਕਸੀਡੈਂਟ ਹੋਇਆ ਸੀ, ਅਤੇ ਜਦੋਂ ਇੱਕ ਗੱਡੀ ਲੱਗਦੀ ਹੈ ਫਿਰ ਉਹਦੇ ਪਿੱਛੇ ਪਿੱਛੇ ਫਿਰ ਤਕਰੀਬਨ 5-6 ਗੱਡੀਆਂ ਲਗਾਤਾਰ ਉਹ ਜਿਹੜੀਆਂ ਇਹਦੀ ਲਪੇਟ ਵਿੱਚ ਆ ਗਈਆਂ। ਸੋ ਉੱਥੇ ਕਾਫੀ ਐਕਸੀਡੈਂਟ ਹੋਣ ਕਰਕੇ ਥੋੜ੍ਹਾ ਰਸਤਾ ਜਾਮ ਸੀ, ਇਹਦੇ ਕਰਕੇ 15-20 ਮਿੰਟ ਲੇਟ ਹੋ ਗਏ ਹਾਂ। ਅਤੇ ਫਿਰ ਆਪਾਂ ਚੱਲਦੇ ਹਾਂ ਜੀ ਅਗਲੀ ਗੱਲਬਾਤ, ਫਿਰ ਕਰਦੇ ਹਾਂ ਠਹਿਰ ਕੇ। ਇਹ ਕੀ ਨਾਂ, ਕੀ ਸ਼ਹਿਰ ਦਾ ਨਾਂ ਨਹੀਂ ਪਤਾ ਸ਼ਹਿਰ ਦਾ? ਆਪਾਂ ਆਏ ਹੋਏ ਆ ਜੀ ਰੈਡ ਡੀਅਰ, ਪੰਜਾਬੀ ਵਿੱਚ ਲਾਲ ਗਿਰ, ਲਾਲ ਸ਼ਹਿਰ ਹੈ। ਹਾਂਜੀ ਹਾਂਜੀ। ਲਓ ਜੀ, ਆਪਾਂ ਇਮਰਤ ਭਾਈ ਨੇ ਦੱਸਿਆ ਸਾਨੂੰ ਸ਼ਹਿਰ ਦਾ ਨਾਂ, ਇਹਦਾ ਸ਼ਹਿਰ ਦਾ ਨਾਂ ਹੈਗਾ ਜੀ ਲਾਲ ਸ਼ਹਿਰ, ਲਾਲ ਗਿਰ, ਲਾਲ ਡੀਅਰ, ਡੀਅਰ ਕਹਿੰਦੇ। ਚਲੋ ਪੰਜਾਬੀ 'ਚ ਲਾਲ ਸ਼ਹਿਰ ਹੀ ਕਹਾਂਗੇ ਆਪਾਂ, ਰੈਡ ਰੈਡ ਸ਼ਹਿਰ ਹੋ ਗਿਆ। ਹਾਂ, ਅਤੇ ਇਮਰਤ ਭਾਜੀ ਸਾਨੂੰ ਲੈਣ ਆਏ ਨੇ ਨਾਲ, ਜਿਹੜਾ ਉਹਦੇ ਪਾਪਾ ਲੈਣ ਆਏ ਨੇ ਅੱਜ, ਅਤੇ ਜਿਹੜਾ ਸਫ਼ਰ ਕਰਾ ਰਹੇ ਨੇ ਅੱਜ, ਬਹੁਤ ਵਧੀਆ ਸਫ਼ਰ ਕਰਕੇ ਹੁਣ ਅੱਗੇ ਜਾਵਾਂਗੇ ਕਿਸੇ ਪਰਿਵਾਰ ਦੇ ਘਰ। ਪ੍ਰਸ਼ਾਦਾ ਅੱਗੇ ਚਾਹ ਪੀਵਾਂਗੇ, ਉੱਥੇ ਆਪਾਂ ਚਾਹ ਪੀ ਕੇ ਫਿਰ
ਸ਼ਾਮ ਦੀ ਕੀਰਤਨ ਦੀ ਹਾਜ਼ਰੀ ਵੀ ਅੱਜ ਹੈਗੀ ਆਪਣੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕਹਿਲਗੀ, ਕਿਉਂਕਿ ਅੱਜ ਅਸੀਂ ਪਹਿਲੀ ਵਾਰੀ ਐਡਮਿੰਟਨ ਤੋਂ ਬਾਈ ਰੋਡ ਦਾ ਸਫ਼ਰ ਜਿਹੜਾ ਕਨੇਡਾ ਕਰ ਰਹੇ ਹਾਂ। ਕਦੀ ਅਸੀਂ ਬਾਈ ਰੋਡ ਦਾ ਇੱਥੇ ਸਫ਼ਰ ਨਹੀਂ ਕੀਤਾ, ਪਹਿਲੀ ਵਾਰੀ ਐਡਮਿੰਟਨ ਤੋਂ ਕਹਿਲਗਿਰੀ ਜਾ ਰਹੇ ਹਾਂ ਅਤੇ ਹੁਣ ਕਹਿਲਗਿਰੀ ਰਵਾਂਗੇ ਤਕਰੀਬਨ ਆਪਾਂ ਅੱਜ ਤੋਂ ਆਪਣਾ ਦਿਮਾਗ ਸ਼ੁਰੂ ਹੋ ਜਾਣਾ। ਜਿਹੜਾ ਮੈਂ ਪੋਸਟ ਇੱਕ ਯੂਟਿਊਬ 'ਤੇ ਸ਼ੇਅਰ ਵੀ ਕੀਤਾ ਉਹਦੇ ਉੱਤੇ ਤੁਸੀਂ ਐਡਰੈਸ ਜਿਹੜੇ ਕਨੇਡਾ ਰਹਿੰਦੇ ਹੋ ਦੇਖ ਸਕਦੇ ਹੋ, ਜਿਹੜਾ ਸਾਡਾ ਚੈਨਲ ਵੇਖਦੇ ਹੋ ਤੁਸੀਂ ਸਾਰੇ ਜਾਣੇ ਕਨੇਡਾ 'ਚ ਵੀ, ਉਸ ਐਡਰੈਸ 'ਤੇ ਵੀ ਤੁਸੀਂ ਪਹੁੰਚ ਸਕਦੇ ਹੋ। ਅਤੇ ਔਰ ਇਸ ਤੋਂ ਬਾਅਦ ਆਪਣਾ ਅਗਲੇ ਜਿਹੜੇ ਪ੍ਰੋਗਰਾਮ ਉਹ ਵਿਨੀ ਪੈਕ ਵੀ ਆ, ਉਹ ਤੁਸੀਂ ਕਹਿਣਾ ਚਾਹੋਗੇ ਕੁਝ ਸਾਨੂੰ? ਬਸ ਚਾਹੇ ਉਹਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਵੀਡੀਓ ਕਮੈਂਟ ਕਰੋ, ਲਾ ਲਓ ਗੁਰਬਾਣੀ ਦਾ ਜੀ। ਬਿਲਕੁਲ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਧ ਸੰਗਤ ਜੀ ਦਿਖਾਇਆ ਸੀ ਰਸਤੇ ਦੇ ਵਿੱਚ, ਬਹੁਤ ਜ਼ਿਆਦਾ ਸਰੋਂ ਲੱਗੀ ਹੋਈ ਆ ਅਤੇ ਕਣਕ ਲੱਗੀ ਹੋਈ ਆ, ਅਤੇ ਇਹ ਸਿਰਫ 4 ਮਹੀਨੇ ਹੀ ਖੇਤੀ ਹੁੰਦੀ ਆ, ਬਾਕੀ 8 ਮਹੀਨੇ ਲਗਾਤਾਰ ਬਰਫ਼ ਪੈਂਦੀ ਹੈ ਇੱਥੇ, ਅਤੇ ਸਾਰਾ ਕੁਛ ਢਕਿਆ ਜਾਂਦਾ ਵਿੱਚ ਝੀਲਾਂ, ਸਾਰਾ ਕੁਛ ਪਾਣੀ ਵਗੈਰਾ ਸਾਰਾ ਕੁਛ ਬਰਫ਼ ਹੀ ਬਰਫ਼ ਹੁੰਦੀ ਆ ਇੱਥੇ। ਅਤੇ ਇਸ ਵਾਰੀ ਕਮਾਲ ਹੋ ਗਏ, 25 ਸਾਲ ਪਹਿਲਾਂ ਕਹਿੰਦੇ ਵੀ ਇੰਨੀ ਗਰਮੀ ਪਈ ਸੀ, ਜਿੰਨੀ ਹੁਣ ਪਈ ਹੈ, ਰਿਕਾਰਡ ਤੋੜਦੇ ਗਰਮੀ ਨੇ। ਅਤੇ ਪਰ ਪੈਣੀ ਇਹ ਸਿਰਫ 5-6 ਦਿਨ ਹੀ ਆ, ਫਿਰ ਮੌਸਮ ਠੀਕ ਹੋ ਜਾਂਦਾ। ਕਾਫੀ ਪੱਖੇ ਚਲਾਏ ਆਪਾਂ ਇੱਥੇ, ਪੱਖੇ ਚਲਾ ਕੇ ਸੁਣਦੇ ਰਹੇ ਜਿੰਨੇ ਦਿਨ ਅਸੀਂ ਰਹੇ ਹੁਣ। ਵੈਸੇ ਨਿਊਜ਼ੀਲੈਂਡ ਵਾਲਾ ਮੌਸਮ ਜ਼ਿਆਦਾ ਆ ਗਿਆ, ਉੱਥੇ ਪੱਖਾ ਲਾ ਕੇ ਸੌਣਾ ਪੈਂਦਾ, ਉਹ ਪੱਖੇ ਬੜੇ ਮਾੜੇ ਇੱਥੇ ਵਾਲੇ ਪੱਖੇ ਨੂੰ ਤਗੜੇ ਆ। ਨਿਊਜ਼ੀਲੈਂਡ ਵਾਲੇ ਅਜੇ ਵੀ ਯਾਦ ਕਰਦੇ ਨੇ ਪੱਖਾ। ਅਤੇ ਜੀ ਗਰਮੀ ਜਿਹੜੀ ਪੈਂਦੀ ਹੁਣ ਬਹੁਤ ਪੈਂਦੀ, ਕਿਉਂਕਿ ਇੱਥੇ ਸਿੱਧੀ ਧੁੱਪ ਪੈਂਦੀ ਆ ਜਿਹੜੀ ਚਮੜੀ ਸਾੜਦੀ ਹੈ ਸਾਡੀ, ਹੈ ਨਾ। ਅਤੇ ਜਿਹੜੀ ਇੰਡੀਆ ਦੀ ਧੁੱਪ ਆ ਉਹ ਥੋੜ੍ਹੀ ਵਧੀਆ ਹੁੰਦੀ ਹੈ। ਇੱਕ ਹੋਰ ਵੀ ਤੁਹਾਨੂੰ ਦੱਸ ਦਈਏ, ਜਿਹੜੀ ਇੱਥੇ ਸਾਧ ਖੇਤੀ ਹੁੰਦੀ ਆ ਨਾ ਜੀ, ਇਹ ਗੋਰਿਆਂ ਕੋਲ ਹੈਗੀਆਂ ਜ਼ਮੀਨਾਂ, ਜ਼ਮੀਨਾਂ ਵੀ ਤੁਸੀਂ ਲਾ ਲਓ 15-15-20 ਕਿਲੋਮੀਟਰ ਲਗਾਤਾਰ ਇੱਕੋ ਟੱਕ ਹੁੰਦਾ ਇਹ ਜਹਾਜ਼ਾਂ ਨਾਲ ਹੀ, ਇੱਕ ਵਾਰੀ ਇਹ ਬਣਾ ਸੁੱਟ ਦਿੰਦੇ ਨੇ ਜੀ ਬੀਜ, ਅਤੇ ਮੇਰੇ ਖਿਆਲ ਦੇ ਵਿੱਚ ਬਹੁਤ ਇਹਨਾਂ ਨੂੰ ਕੋਈ ਦਵਾਈ ਪਾਉਣ ਦੀ ਲੋੜ ਨਹੀਂ ਹੈਗੀ, ਇੱਕ ਵਾਰੀ ਬੀਜ ਸੁੱਟਤਾ ਅਤੇ ਕਣਕ ਨਹੀਂ ਹੋ ਜਾਣਾ। ਮੈਨੂੰ ਲੱਗਦਾ ਕਿ ਆਪਾਂ ਅੱਜ ਸਾਰੀ ਮੀਟਿੰਗ ਟੀਮ ਹੋਟਲ 'ਤੇ ਕਰ ਲੈਣੀ ਹੈ ਕਿ ਅਗਲੇ ਵਾਸਤੇ ਵੀ ਆਪਾਂ ਕੋਈ ਗੱਲਬਾਤ ਕਰਨੀ ਹੈ। ਆਪੇ ਵਿੱਚ ਐਂ ਸੁੱਟ ਦਿੰਦੇ ਆਪੇ ਜੀ, ਜਿਹੜੇ ਗੋਰੇ ਨੇ ਇਹ 4 ਮਹੀਨੇ ਵਿੱਚ ਹੀ ਇੰਨੀ ਜ਼ਿਆਦਾ ਖੇਤੀ ਕਰ ਲੈਂਦੇ ਨੇ ਵੀ ਇਹਨਾਂ ਨੂੰ ਲੋੜ ਨਹੀਂ ਪੈਂਦੀ 8 ਮਹੀਨੇ ਦੀ। ਤੁਸੀਂ ਨੌਲੇਜ ਲੈ ਲਈ, ਇਹਦਾ ਮਤਲਬ ਕਨੇਡਾ ਰਹਿ ਗਿਆ ਆਪਾਂ ਸਾਰੇ। ਹੁਣ ਆਪਾਂ ਟੀਮ ਹੋਟਲ ਤੋਂ ਚੱਲੀਏ, ਕਿਉਂਕਿ ਆਪਾਂ 5 ਮਿੰਟ ਲਾ ਲਏ ਨੇ। ਹੁਣ ਇਮਰਨ ਦੇ ਪਾਪਾ ਵੀ ਤੇਲ ਗੱਡੀ 'ਚ ਭਰਾ ਕੇ ਆ ਗਏ ਹੋਣਗੇ ਬਾਅਦ, ਉਹਨਾਂ ਵਾਸਤੇ ਕੁਝ ਲੈਣਾ ਆਪਾਂ ਲੈ ਲਏ ਪਾਣੀ ਪੀਣਾ ਉਹਨਾਂ ਨੂੰ ਲਓ ਜੀ, ਉਹਨਾਂ ਵੀ ਪਾਣੀ ਪੀਣਾ, ਆਪਾਂ ਸਾਰੇ ਪਾਣੀ ਪੀਣੇ ਵਾਲੇ ਹੀ ਹੈ, ਕਿਉਂਕਿ ਸਵੇਰੇ ਇਹ ਸਾਰੇ ਜਾਣੇ ਅੱਜ ਆਲੂਆਂ ਦੇ ਪਰੌਂਠੇ ਖਾ ਕੇ ਆਏ ਨੇ ਅਤੇ ਇਹਨਾਂ ਨੂੰ ਬਹੁਤ ਪਿਆਰ। ਰਮਨਦੀਪ ਸਿੰਘ ਐਡੀਟਿੰਗ ਕਰ ਰਿਹਾ, ਭਾਈ ਸਾਹਿਬ ਦਾ ਆਹ ਪਾਣੀ ਹੈਗਾ ਸਾਡੇ ਜਸਵੀਰ ਭਾਅ ਜੀ ਦਾ, ਤੁਹਾਨੂੰ ਇੱਥੇ ਕੋਲ ਗਰੀਨਰੀ ਹੈਗੀ ਆ, ਇਹ ਰਮਨ ਨੇ ਗਿਣੀਆਂ ਹੁੰਦੀਆਂ ਗੱਡੀ, ਅਤੇ ਬੈਗ ਮੈਨੂੰ ਚੁਕਾਇਆ, ਸਾਰਾ ਕੁਛ ਮੈਨੂੰ ਚੁਕਾਇਆ ਇਹਨਾਂ ਨੇ। ਵੀਰ ਜੀ ਪ੍ਰਬੰਧ ਹੀ ਤੁਹਾਡੇ ਕੋਲ ਆ, ਮੈਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਕਿੱਡੀ ਛੇਤੀ ਆ ਗਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਿਹਰ ਕਰ। ਭਾਜੀ ਆਓ ਜੀ, ਅੱਗੇ ਉੱਪਰ ਪੈਰ ਰੱਖੋ ਥੋੜਾ ਜਿਹਾ। ਭੈਣ ਜੀ ਤੁਹਾਡੇ ਵੈਲਕਮ ਲਈ ਗੁਲਦਸਤਾ ਲੈ ਕੇ ਖਲੋਤੇ ਨੇ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, ਆ ਜਿਹੜੇ ਅੱਜ ਤੋਂ ਪਹਿਲਾਂ ਚੱਲਦੇ ਹੁੰਦੇ ਸੀ ਤਵਿਆਂ ਵਾਲੇ ਰਿਕਾਰਡ, ਮਨਦੀਪ ਸਿੰਘ ਹੋਰਾਂ ਨੇ ਇੱਥੇ ਰੱਖੀ ਹੋਈ ਹੈ ਜੀ ਮਸ਼ੀਨ ਵੀ। ਇਹਨੂੰ ਕਹਿੰਦੇ ਨੇ ਰਿਕਾਰਡ ਪਲੇਅਰ, ਜੇ ਤੇ ਰਿਕਾਰਡ ਚੱਲਦਾ। ਅਤੇ ਆ ਉੱਪਰ ਤਵਾ ਚੱਲ ਰਿਹਾ ਜੀ, ਅਤੇ ਅੱਜ ਤੋਂ ਪਹਿਲਾਂ ਤਕਰੀਬਨ 10-15-20 ਸਾਲ ਪਹਿਲਾਂ, 15 ਸਾਲ ਚਲੇ ਜਾਈਏ ਅਤੇ ਚੱਲਦੇ ਸੀ, ਹੁਣ ਤਾਂ ਬੰਦ ਹੋ ਗਏ ਨੇ। ਅਤੇ ਇਹਨਾਂ ਕੋਲ ਇਹਨਾਂ ਨੇ ਹੁਣ ਇੰਡੀਆ ਤੋਂ ਲੈ ਕੇ ਆਏ ਅਤੇ ਇੱਥੇ ਰੱਖੇ ਹੋਏ ਨੇ ਜੀ। ਇਹਨਾਂ ਨੂੰ ਸ਼ੌਂਕ ਹੈ ਪੁਰਾਣੀਆਂ ਚੀਜ਼ਾਂ ਰੱਖਣ ਦਾ। ਅਤੇ ਇਸ ਵੇਲੇ ਆ ਚੱਲ ਰਿਹਾ ਜੀ ਤਵਾ, ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਕੀਰਤਨ ਕਰ ਰਹੇ ਨੇ। ਹੁਣ ਸਮਾਂ ਹੋ ਗਿਆ ਸ਼ਾਮ ਦੇ ਕੀਰਤਨ ਦਾ, ਅਤੇ ਹੁਣ ਕੀਰਤਨ ਕਰਨ ਵਾਸਤੇ ਜਾ ਰਹੇ ਹਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਦਸ਼ਮੇਸ਼ ਕਲਚਰ। 24 ਤਰੀਕ ਤੱਕ ਇੱਥੇ ਹਾਜ਼ਰੀਆਂ ਰਹਿਣੀਆਂ ਨੇ ਕੀਰਤਨ ਦੀਆਂ, ਅਤੇ ਅੱਜ ਆਪਾਂ ਹੁਣ ਗੁਰਦੁਆਰਾ ਸਾਹਿਬ ਵਾਸਤੇ ਤਿਆਰੀ ਕੀਤੀ ਹੈ। 7:30-8:30 ਵਜੇ ਤੱਕ ਉੱਥੇ ਕੀਰਤਨ ਦੀ ਹਾਜ਼ਰੀ ਹੈ, ਅਤੇ ਫਿਰ ਮਿਲਦੇ ਹਾਂ ਬਾਅਦ ਵਿੱਚ। ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਹਮ ਸਾਹਿਬ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਿਸੇ ਪਰਿਵਾਰ ਦੇ ਗ੍ਰਹਿ ਪ੍ਰਸ਼ਾਦੇ ਦੀ ਸੇਵਾ, ਅੱਜ ਲੰਗਰ ਦੀ ਸੇਵਾ ਸੀ, ਅਤੇ ਉਸ ਤੋਂ ਹੋ ਕੇ ਅਤੇ ਹੁਣ ਵਾਪਸ ਇਮਰਨਦੀਪ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਦੁਬਾਰਾ ਪਹੁੰਚ ਗਏ ਜੀ। ਆ ਬਾਹਰ ਖਲੋਤੇ ਹਾਂ ਇਸ ਵੇਲੇ, ਅਤੇ ਹੁਣ ਆਪਾਂ ਇਹ ਬਲੋਕ ਦੀ
ਸਮਾਪਤੀ ਕਰੀਏ ਅੱਜ ਦਾ ਇਹ ਸਫ਼ਰ ਐਡਮਿੰਟਨ ਤੋਂ ਜੋ ਇੱਥੇ ਤੱਕ ਕਹਿਲਗਿਰੀ ਤੱਕ ਕੀਤਾ ਹੈ, ਇਹ ਆਪਾਂ ਹੁਣ ਇੱਥੇ ਹੀ ਖਤਮ ਕਰੀਏ ਅਤੇ ਨਵੇਂ ਬਲੌਗ ਦੇ ਨਾਲ ਫਿਰ ਮਿਲਾਂਗੇ। ਅਤੇ ਹੁਣ ਆਪਾਂ ਸਾਰੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।